ਨਮਸਕਾਰ ਆਦਾਬ ਸਸਰੀਆਕਾਰ ਮੇਰੇ ਸਾਰੇ ਖੰਡ ਮਿੱਠੇ ਦੋਸਤਾਂ ਕੀ ਮਿੱਤਰਾਂ ਕੀ ਪਿਆਰਿਆਂ ਕੀ ਦੇਵੀਆਂ ਕੀ ਸਜਣੇ ਕੀ ਮਿੱਤਰੋ ਆਉ ਹਰ ਛਾਰ ਸਤੰਦਾ ਮਿੱਤਰ ਜਿਸੀ ਪੌਂਦਰੋਂਦੇ ਮੇ ਸਾਛਤਰ ਤੇ ਅੱਜ ਇੱਕ ਵਾਰੀ ਪਰਤੀ ਆਜਰ ਹੋਈਆਂ ਤੁੰਦੇ ਸਾਰੇ ਅੱਗੇ ਲਈਆ ਇੱਕ ਨਵੀਂ ਗੱਪ ਤੇ ਮਿਹਦ ਕਰਾਂ ਤੁਸਾਂ ਹੀ ਇਹ ਗੱਪ ਜਰੂਰ ਪਸੰਦ ਹੋ ਜੇ ਪਸੰਦ ਹੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਆਪਣੇ ਇਸ ਭਰਾ ਦਾ ਹੌਸਲਾ ਜਰੂਰ ਵਧਾਓ ਅੱਛਾ ਗੱਲੀਆਂ ਇੱਕ ਮੈਡਮ ਹੀ ਉਹਦਾ ਆਪਣਾ ਸਕੂਲ ਹਾ ਤੇ ਉੱਥੇ ਉਹ ਪ੍ਰਿੰਸੀਪਲ ਲੱਗੀ ਦੀ ਅੱਛਾ ਮੈਡਮ ਕੀ ਨਾ ਨਵਾਂ ਕੁਲਾ ਨਵਾਂ ਸੂਟ ਸਿਆਣੇ ਦਾ ਬੜਾ ਚਾਹ ਹਾ ਉਹਨਾਂ ਆਰਮੀ ਨਾ ਇੱਕ ਨਾ ਇੱਕ ਨਵਾਂ ਸੂਟ ਜ਼ਰੂਰ ਸਿਆਣਾ ਪਿਛੇ ਇਹ ਕਰੋਨਾ ਦੀ ਵਾਇਹਾ ਕਨੇ ਸਾਰਾ ਕਿਸੇ ਬੰਦ ਹਾ ਤੇ ਮੈਡਮ ਵੀ ਵਿਚਾਰੀ ਜਿਹੜੀ 4-5 ਮਹੀਨੇ ਸੂਟ ਸਿਆਈ ਨਹੀਂ ਸਕੀ ਤੇ ਓਨ ਜਲਾ ਥੋੜੀ ਜਿਹੀ ਟਿਲ ਮਿਲੀ ਤੇ ਮੈਡਮ ਨੇ ਸੋਚਿਆ ਚਲੋ ਮੈਂ ਵੀ ਇੱਕ ਸੂਟ ਸਿਆਈ ਲੈਣੀ ਆ ਬੜੇ ਮਹੀਨੇ ਹੋਏ ਨੇ ਸੂਟ ਸਿਆਏ ਦੇ ਅੱਛਾ ਮੈਡਮ ਕਹੀ ਉਹ ਸਾਟੀ ਜੀ ਥੋੜਾ ਸੂਟ ਲੈਂਦੀ ਹੀ ਤੇ ਜਿਹੜਾ ਦੁਕਾਨਦਾਰ ਨੇ ਮੈਡਮ ਕੀ ਹੁੰਦੇ ਦੇਖਿਆ ਤੇ ਦੁਕਾਨਦਾਰ ਅੰਦਰੋਂ ਅੰਦਰੀ ਖੁਸ਼ ਹੈ ਜ ਉਹਨਾਂ ਖਿਆ ਸ਼ੁਕਰ ਹੈ ਰੱਬਾ ਕੋਈ 4-5 ਮਹੀਨੇ ਬਾਅਦ ਕੋਈ ਮोटा ਗਾਹਕ ਫਸੇ। ਮੈਡਮ ਅੰਦਰ ਬੜੀ ਦੁਕਾਨਾਂ ਤੇ ਉਹਨਾਂ ਲੱਗੀ ਪਈ ਸੂਟ ਦੇਖਣ। ਅਛਾ ਉਹਨਾਂ ਕੋਈ 4-5-7 ਸੂਟ ਦੇਖੇ ਹੁੰਦੇ ਚਾ ਉਹਨਾਂ 1000 ਰੁਪਿਆ ਵਾਲਾ ਸੂਟ ਪਸੰਦ ਕੀਤਾ ਤੇ ਦੁਕਾਨਦਾਰ ਕੀ ਅੱਖ ਲੱਗੀ ਬਈਆ ਨਾੜਾ ਬਿੱਲ ਬਣਾਓ ਕਨੇ ਸੀ ਪੈਕ ਕਰਿ ਦਿਓ। ਅਛਾ ਦੁਕਾਨਦਾਰ ਨੇ ਸੂਟ ਕੀਤਾ ਪੈਕ ਤੇ 1000 ਰੁਪਿਆ ਦਾ ਸੂਟ ਹਾ ਤੇ ਉਹਨਾਂ 5000 ਰੁਪਿਆ ਦਾ ਬਿੱਲ ਬਣਾਈ ਆ ਮੈਡਮ ਹੀ ਥ अच्छा मैडम ने जल्ला बेले देखया ते मैडम जली पुजी ओ अख लगी भाईया मैं 10000 ਰੁਪਏ ਦਾ ਸੂਟ ਲਿਆ ਤੁਸੀਂ 5000 ਰੁਪਏ ਦਾ ਬਿੱਲ ਕਿਦਾ ਬਣਾਇਆ ਤੇ ਦੁਕਾਨਦਾਰਾ ਅੱਖ ਲਗਾ ਅੱਖ ਲਗਾ मैडम जी ਇਹ ਤੇ ਤੁੰਦੀ ਗਲਤੀ ਹੈ ਇਹਦੇ ਚ ਮੇਰਾ ਕੋਈ ਕਸੂਰ ਨਹੀਂ ਹੈ ਇਹ ਪਿਛਲੇ 4 ਮਹੀਨੇ ਤੁਸੀਂ ਨਹੀਂ ਆਏ ਉਹਦਾ ਬਿੱਲ ਵੀ ਹੈ 10000 ਰੁਪਏ ਮਹੀਨਾ ਕਰਿਆ ਤੇ मैडम ਅੱਖ ਲਗੀ ਭਾਈ ਇਹ ਕਿਹਦਾ ਬਿੱਲ ਹੈ ਭਾਈ 4 ਮੈਂ ਸੂਟ ਲੈਤੇ ਕਿ ਨਹੀਂ ਜਦ ਮੈਂ ਸਮਾਨ ਲੈਤਾ ਗਰੀ ਤੇ ਮੈਂ ਇਹ ਕਿਹਦਾ ਬਿੱਲ ਦੇਣਾ ਮੈਂ ਤੇ ਇੱਕਿਆ ਸੂਟ ਲੈਤਾ ਮੈਂ ਤੇ ਉਸੇ ਦੇ ਪੈਸੇ ਦੇਨੇ ਕਿ ਦੁਕਾਨਦਾਰ ਅੱਖ ਲਗਾ ਮੈਡਮ ਜੀ ਇਹ ਵੀ ਦੁਕਾਨਦਾਰੀ ਆ ਦੇਖੋ ਸਾੜੀ ਵੀ ਆਸੇ ਵੀ ਨੌਕਰ ਚਾਕਰ ਰੱਖੇ ਦੇ ਉਹਨੇ ਵੀ ਪੈਸੇ ਦੇਨੇ ਉਪਰ ਆ ਸਾਰਾ ਕੈਸੇ ਬੰਦ ਰਿਆ ਤੇ ਆਪੂ ਨਾ ਮੁਸ਼ਕਲ ਹੋਈ ਦਾ ਖਰਚਾ ਚਲਾਣਾ ਤੇ ਮੈਡਮ ਅੱਖ ਲਗੀ ਭਾਈ ਇਹ ਦੁਕਾਨ ਤੂੰ ਦੀ ਆ ਮੁਲਾਜ਼ਮ ਤੂੰ ਸੇ ਰੱਖੇ ਦੇ ਤਨ ਹਾਵਾਂ ਤੁਸੇ ਦੇਣੀਆਂ ਤੁਸੀਂ ਇਹ ਗ੍ਰਾਹਕਾਂ ਹੀ ਮਤ ਲੁੱਟੋ ਨਾ ਤੋ ਆਸੇ ਸਾਰੇ ਪੈਸੇ ਸਾਡੇ ਕੋਲ ਕੀ ਲੈਦੇ ਤੁਸ ਤੇ ਦੁਕਾਨਦਾਰ ਬੇਚਾਰਾ ਅਸੀਆ ਤੇ ਮੁਸਕਾਈਆ ਅੱਖ ਲਗਾ ਮੈਡਮ ਜੀ ਮੇਰਾ ਮੋੜਾ ਵੀ ਤੁੰਦੇ ਸਕੂਲ ਕਾ ਪੜਦਾ ਤੇ ਪਰਸੂ ਮੇਮੀ ਫੀਸ ਦੇ ਚੱਕਰੇ ਗਿਆ ਦਾ ਹੁੰਦੇ ਸਕੂਲ ਪਰ ਤੁਸੇ ਵੀ ਇਹ ਸੇਮ ਗੱਲ ਮੀਗੀ ਆਖੀ ਤੁਸੇ ਇੱਕ ਨਹੀਂ ਮੇਰੀ ਸੋਣੀ ਨਾ ਕੋਈ ਮੇਰੇ ਬੱਚੇ ਦਾ ਫੀਸ ਦਾ ਕੋਈ ਪੈਸਾ ਤੁਸੇ ਮਾਫ ਕੀਤਾ ਤੁਸੇ ਵੀ ਇਹ ਗੱਲ ਆਖੀ ਕਿ ਆਸੇ ਮੈਡਮੇ ਮਾਸੇ ਹੀ ਤਰਖਾਵਾ ਕੋ ਥੋਂ ਦੇਨੀਆ ਤੇ ਦੋਸਤੋ ਹੁਣ ਤੁਸ ਇਸ ਗੱਲ ਪਰ ਮੀਗੀ ਕਮੈਂਟ ਕਰੀਏ ਦਸੋ ਕਿ ਕਾ ਦੁਕਾਨਦਾਰ ਕੇ ਨਾ ਪੂਰੀ ਮਤਲਬ ਪੂਰੇ ਪੈਸੇ 5000 ਰੁਪਏ ਮੈਡਮ ਕੋਲ ਲੈਣਾ ਚਾਹੀਦਾ ਹ ਜਾਂ ਮੈਡਮ ਨੇ ਉਸ ਦੁਕਾਨਦਾਰ ਦੀ ਫੀਸ ਜਿਹੜੀ ਮਾਫ ਕਰਨੀ ਚਾਹੀਦੀ ਸੀ ਹੁਣ ਕਮੈਂਟ ਕਰੀਏ ਤੋ ਸਮੀਰ ਦੱਸਿਓ ਕਿ ਤੁੰਦੀ ਕੀ ਰਾਇਆ ਜੈ ਹਿੰਦ ਜੈ ਭਾਰਤ ਜੈ ਡੁਗਰ ਤੇ ਜੈ ਡੋਗਰਾ